ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੀ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪੁਲਿਸ ਵੱਲੋਂ ਚਲਾਈਆਂ ਗਈਆਂ ਪਾਣੀ ਦੀਆਂ ਬੁਛਾਰਾਂ ਦਾ ਸ਼ਿਕਾਰ ਹੋਣਾ ਪਿਆ ਜਿਸ ਦੌਰਾਨ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਜ਼ਖਮੀ ਹੋ ਗਈ। ਦਰਅਸਲ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਮਤੀ ਚੋਣਾਂ 'ਚ ਧੱਕੇਸ਼ਾਹੀ ਦੇ ਇਲਜ਼ਾਮ ਲਗਾਉਂਦਿਆਂ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਵਰਕਰਾਂ ਸਮੇਤ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੇ ਸਨ ਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਉੱਥੇ ਹੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਪੁਲਿਸ ਵੱਲੋਂ ਲਗਾਈ ਗਈ ਬੈਰੀਕੇਟਿੰਗ ਨੂੰ ਤੋੜ ਮੁੱਖ ਮੰਤਰੀ ਦੀ ਕੋਠੀ ਵੱਲ ਵਧਣ ਲੱਗੇ ਤਾਂ ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਪੁਲਿਸ ਵੱਲੋਂ ਕੁਝ ਆਪ ਵਰਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਦਕਿ ਪਾਰਟੀ ਦੇ ਵਰਕਰਾਂ ਨੇ ਤਾਂ ਪੁਲਿਸ ਤੇ ਲਾਠੀਆਂ ਚਲਾਉਣ ਦੇ ਇਲਜ਼ਾਮ ਵੀ ਲਗਾਏ। ਸ਼ਾਂਤਮਈ ਧਰਨਾ ਦੇਣ ਆਏ ਸੀਗੇ ਜੋ ਬਲਾਕ ਸੰਮਤੀ ਪੰਚਾਇਤ ਸੰਮਤੀ 'ਚ ਕਾਂਗਰਸ ਪਾਰਟੀ ਨੇ ਧੱਕੇਸ਼ਾਹੀ ਕੀਤੀ ਸੀ, ਗੁੰਡਾਗਰਦੀ ਕੀਤੀ ਸੀ, ਗੋਲੀਆਂ ਚਲਾਈਆਂ ਸੀਆਂ। ਇਸ ਤੋਂ ਬਿਨਾਂ ਸਾਡੀਆਂ ਦੋ ਭੈਣਾਂ ਪੰਜਾਬ ਵਿੱਚ, ਇੱਕ ਪੁਲਿਸ ਅਫਸਰ ਨੇ ਮੈਨੂੰ ਪਰੇਸ਼ਾਨ ਕੀਤਾ ਹੋਇਆ, ਦੂਸਰੀ ਨੂੰ ਸਾਡੀ ਭੈਣ ਨੂੰ ਗੱਡੀ ਉੱਪਰ ਬਿਠਾ ਕੇ ਘੁਮਾਇਆ ਗਿਆ ਸੀ। ਉਹ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅੱਜ ਧਰਨਾ ਸੀਗਾ, ਪਰ ਲੇਕਿਨ ਪੁਲਿਸ ਨੇ ਅੱਜ ਆਪਣਾ ਸਾਡੇ 'ਤੇ ਲਾਠੀਚਾਰਜ ਕੀਤਾ, ਤੁਹਾਡੇ ਸਾਹਮਣੇ ਹੋਇਆ। ਤੁਸੀਂ ਇੱਥੇ ਖੁਦ ਮੀਡੀਆ ਖੜਾ ਸਾਰਾ, ਮੈਨੂੰ ਇੱਕ ਵੀ ਦੱਸ ਦੇਵੇ ਕੋਈ ਧੱਕਾ ਮੁੱਕੀ ਕੀਤੀ ਜਾਂ ਕੁਛ। ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿ ਰਹੇ ਹਾਂ ਵੀ ਸਾਨੂੰ ਇੱਕ ਵਾਰੀ ਕੈਪਟਨ ਸਾਹਿਬ ਦੇ ਘਰ ਤੱਕ ਪਹੁੰਚਣ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਜਿਹੜੀ ਗੁੰਡਾਗਰਦੀ ਤੁਸੀਂ ਬਾਰ ਬਾਰ ਚੋਣਾਂ 'ਚ ਕਰ ਰਹੇ ਹੋ, ਪਹਿਲਾਂ MC ਇਲੈਕਸ਼ਨ 'ਚ ਕੀਤੀ, ਹੁਣ ਬਲਾਕ ਸੰਮਤੀਆਂ 'ਚ ਕੀਤੀ, ਇਹੀ ਤੁਸੀਂ ਫਿਰ ਪੰਚਾਇਤੀ ਕਰਨੀ ਹੈ ਚੋਣਾਂ 'ਚ। ਜੇ ਤੁਸੀਂ ਇੰਨੀ ਜ਼ਰੂਰਤ ਰੱਖਦੇ ਹੋ ਤਾਂ ਤੁਸੀਂ ਨੋਮੀਨੇਸ਼ਨ ਕਰ ਲਓ। ਬਾਰ ਬਾਰ ਦੀ ਧੱਕੇਸ਼ਾਹੀ ਨਾਲ ਲੋਕਾਂ ਦੇ ਨਾਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਤੇ ਸਾਡੀਆਂ ਔਰਤਾਂ 'ਤੇ ਜਿਹੜਾ ਅੱਤਿਆਚਾਰ ਇਹਨਾਂ ਦੇ ਖੁਦ ਦੇ ਚੁਣੇ ਹੋਏ ਨੁਮਾਇੰਦੇ ਅਤੇ ਪੁਲਿਸ ਅਫਸਰ ਕਰ ਰਹੇ ਹਾਂ, ਅਸੀਂ ਉਹਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਕਿ ਮੈਨੂੰ ਇੱਕ ਵੀ ਸਾਡੀ ਲੇਡੀ ਦਾ ਦੱਸਿਆ ਜਾਵੇ ਅੱਜ ਦੇ ਧਰਨੇ ਦੇ ਵਿੱਚ। ਸਾਰੇ ਪੁਲਿਸ ਪ੍ਰਸ਼ਾਸਨ ਨੂੰ ਬੁਲਾ ਲਓ ਜਿਹਨੇ ਕੋਈ ਧੱਕਾ ਵੀ ਕੀਤਾ ਹੋਵੇ, ਸਾਈਡਾਂ 'ਤੇ ਖੜੀਆਂ ਨੇ ਸਾਨੂੰ ਆਹ ਹੱਲ ਕਰਕੇ ਧਰਤਾ, ਸਾਡੇ ਬੁਰੀ ਤਰ੍ਹਾਂ ਇਹਨਾਂ ਨੂੰ ਸ਼ਰਮ ਹੀ ਨਹੀਂ ਰਹੇਗੀ ਕਿਸੇ ਚੀਜ਼ ਦੀ। ਦੂਜੇ ਪਾਸੇ ਪੁਲਿਸ ਵੱਲੋਂ ਕੀਤੇ ਗਏ ਬਾਰਡਰ ਕੈਨਲ 'ਚ ਮਾਮੂਲੀ ਜ਼ਖਮੀ ਹੋਈ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਸਰਕਾਰ ਦੇ ਨਾਲ ਨਾਲ ਪੁਲਿਸ 'ਤੇ ਵੀ ਜੰਮ ਕੇ ਭੜਾਸ ਕੱਢੀ। ਚੰਡੀਗੜ੍ਹ ਤੋਂ ਅੰਕੁਸ਼ ਮਹਾਜਨ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ TV।